ਇੱਥਾ ਰਹੇ ਦੂਗੀ ਹਾਂਜੀ ਸਰ। ਸਰ ਇੱਕ ਜਿਹੜੀ ਘਟਨਾ ਹੋਈ ਆ ਨਿਸ਼ਾਨ ਸਾਹਿਬ ਦੇ ਨਾਲ ਜਿਹੜੀਆਂ ਹੈਗੀਆਂ ਦੋ ਮੌਤਾਂ ਹੋਈਆਂ ਹੈਗੀਆਂ, ਕੀ ਮਾਮਲਾ ਇਹ? ਸਰ ਅੱਜ ਨਾ ਜੀ ਕੋਈ 9:30 ਵਜੇ ਸਾਨੂੰ ਸ਼ੰਕਰ ਹੋਸਪਿਟਲ ਤੋਂ ਡਾਕਟਰੀ ਚਿੱਟ ਆਈ ਸੀ ਜਿਹਦੇ 'ਚ ਲਿਖਿਆ ਸੀ ਵੀ ਦੋ ਬੰਦਿਆਂ ਦੀ ਡੈਥ ਹੋ ਗਈ ਆ, ਦੋ ਬੰਦਿਆਂ ਨੂੰ ਸਿਵਲ ਹੋਸਪਿਟਲ ਜਲੰਧਰ ਦਾ ਰੈਫਰ ਕਰ ਦਿੱਤਾ ਜੀ। ਉਹ ਅਸੀਂ ਫਿਰ ਚਿੱਟ ਹਾਸਲ ਕਰਕੇ ਮੌਕੇ 'ਤੇ ਗਏ ਹਾਂ ਜੀ, ਪਿੰਡ ਸ਼ੰਕਰ ਕੋ ਸੰਧੂ ਗੋਤ ਵਾਲਿਆਂ ਦੀ ਨਾ ਜੀ ਜਗ੍ਹਾ ਆਪਣੀ ਬਣਾਈ ਪਈ ਹੈ ਖੇਤਾਂ ਦੇ ਵਿੱਚ। ਉੱਥੇ ਉਹ ਪਹਿਲਾਂ ਉਹਨਾਂ ਨੇ ਛੋਟਾ ਨਿਸ਼ਾਨ ਸਾਹਿਬ ਲਾਇਆ ਸੀ, ਐਤਕੀ ਉਹਨਾਂ ਨੇ ਥੜਾ ਬਣਾ ਕੇ ਨਾ ਜੀ ਵੱਡਾ ਨਿਸ਼ਾਨ ਸਾਹਿਬ ਲਾਇਆ ਸੀ। ਉਹ ਨਿਸ਼ਾਨ ਸਾਹਿਬ ਚੜ੍ਹਾਉਣ ਲੱਗੇ ਅਤੇ ਉੱਤੇ ਹਾਈ ਵੋਲਟੇਜ ਤਾਰਾਂ ਲੰਘਦੀਆਂ ਸੀਗੀਆਂ ਜੀ। ਉਹ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਹਾਈ ਵੋਲਟੇਜ ਤਾਰਾਂ ਵੱਲ ਨੂੰ ਉੱਲਰ ਗਿਆ, ਜਿਹਦੇ ਨਾਲ ਉਹ ਪਾਈਪ 'ਚ ਕਰੰਟ ਆ ਗਿਆ। ਜਿੰਨੇ ਬੰਦਿਆਂ ਨੇ ਫੜਿਆ ਸੀ ਉਹਨਾਂ ਨੂੰ ਕਰੰਟ ਲੱਗਣ ਕਰਕੇ ਦੋ ਬੰਦਿਆਂ ਦੀ ਮੌਕੇ 'ਤੇ ਮੌਤ ਹੋ ਗਈ ਆ। ਬੂਟਾ ਸਿੰਘ ਸੀ ਜਿਹਦੀ ਉਮਰ ਕਰੀਬ 60-62 ਸਾਲ ਸੀ, ਦੂਜਾ ਸੀਗਾ ਜੀ ਮੁੰਡਾ ਮਹਿੰਦਰ ਕੁਮਾਰ 40-42 ਸਾਲ ਦਾ ਸੀਗਾ ਜੀ। ਦੋ ਬੰਦੇ ਆ ਇਹਦੇ 'ਚ ਇੰਜਰਡ ਹੋਏ ਆ ਜੀ, ਦੋਵਾਂ ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ ਆ, ਦੋ ਬੰਦੇ ਇੰਜਰਡ ਆ। ਉਹਨਾਂ ਦੇ ਘਰਦਿਆਂ ਨਾਲ ਤਾਲਮੇਲ ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਏਗੀ। ਅਤੇ ਸਰ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਨਾਮ ਵਗੈਰਾ ਕੀ ਆ? ਇੰਜਰਡ ਜਿਹੜਾ ਇੱਕ ਹੈਗਾ ਜੀ ਮੁੰਡਾ ਕਰਨਦੀਪ ਸਿੰਘ, ਉਹਦੀ ਉਮਰ ਕਰੀਬ 21 ਸਾਲ ਆ। ਦੂਜਾ ਹੈਗਾ ਗੁਰਸਿਦਕ ਸਿੰਘ, ਉਹਦੀ ਉਮਰ 19 ਸਾਲ ਆ। ਉਹ ਇਹਨਾਂ ਕੋਲ ਆਪਣੇ ਰਿਸ਼ਤੇਦਾਰਾਂ ਕੋਲ ਆਏ ਸੀ, ਉਹ ਜਲੰਧਰ ਦੇ ਰਹਿਣ ਵਾਲੇ ਦੋਵੇਂ। ਅਤੇ ਸਰ ਕੋਈ ਉਹਨਾਂ ਨੇ ਕੰਪਲੇਂਟ ਵਗੈਰਾ ਕੀਤੀ ਹੋਵੇ ਜਾਂ ਕੋਈ ਕੰਪਲੇਂਟ ਕੀਤੀ? ਉਹਨਾਂ ਦੇ ਵਾਲਸਾਂ ਨਾਲ ਕਨੈਕਟ ਕਰ ਰਹੇ ਹਾਂ ਜੀ, ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਅਤੇ ਡੈੱਡ ਬੋਡੀਆਂ ਪਰਿਵਾਰ ਦੇ ਹਵਾਲੇ ਕਰਤੀਆਂ? ਡੈੱਡ ਬੋਡੀਆਂ ਆਲਰੇਡੀ ਉਹ ਪਰਿਵਾਰ ਜਿਹੜੇ ਸੀ ਉੱਥੋਂ ਹੋਸਪਿਟਲੋਂ ਲੈ ਗਏ ਸੀ। ਠੀਕ। ਹਾਂਜੀ ਸਰ। ਸਰ ਇੱਕ ਜਿਹੜੀ ਘਟਨਾ ਹੋਈ ਆ ਨਿਸ਼ਾਨ ਸਾਹਿਬ ਦੇ ਨਾਲ ਜਿਹੜੀਆਂ ਹੈਗੀਆਂ ਦੋ ਮੌਤਾਂ ਹੋਈਆਂ ਹੈਗੀਆਂ, ਕੀ ਮਾਮਲਾ ਇਹ? ਸਰ ਅੱਜ ਨਾ ਜੀ ਕੋਈ 9:30 ਵਜੇ ਸਾਨੂੰ ਸ਼ੰਕਰ ਹੋਸਪਿਟਲ ਤੋਂ ਡਾਕਟਰੀ ਚਿੱਟ ਆਈ ਸੀ ਜਿਹਦੇ 'ਚ ਲਿਖਿਆ ਸੀ ਵੀ ਦੋ ਬੰਦਿਆਂ ਦੀ ਡੈਥ ਹੋ ਗਈ ਆ, ਦੋ ਬੰਦਿਆਂ ਨੂੰ ਸਿਵਲ ਹੋਸਪਿਟਲ ਜਲੰਧਰ ਦਾ ਰੈਫਰ ਕਰ ਦਿੱਤਾ ਜੀ। ਉਹ ਅਸੀਂ ਫਿਰ ਚਿੱਟ ਹਾਸਲ ਕਰਕੇ ਮੌਕੇ 'ਤੇ ਗਏ ਹਾਂ ਜੀ, ਪਿੰਡ ਸ਼ੰਕਰ ਕੋ ਸੰਧੂ ਗੋਤ ਵਾਲਿਆਂ ਦੀ ਨਾ ਜੀ ਜਗ੍ਹਾ ਆਪਣੀ ਬਣਾਈ ਪਈ ਹੈ ਖੇਤਾਂ ਦੇ ਵਿੱਚ। ਉੱਥੇ ਉਹ ਪਹਿਲਾਂ ਉਹਨਾਂ ਨੇ ਛੋਟਾ ਨਿਸ਼ਾਨ ਸਾਹਿਬ ਲਾਇਆ ਸੀ, ਐਤਕੀ ਉਹਨਾਂ ਨੇ ਥੜਾ ਬਣਾ ਕੇ ਨਾ ਜੀ ਵੱਡਾ ਨਿਸ਼ਾਨ ਸਾਹਿਬ ਲਾਇਆ ਸੀ। ਉਹ ਨਿਸ਼ਾਨ ਸਾਹਿਬ ਚੜ੍ਹਾਉਣ ਲੱਗੇ ਅਤੇ ਉੱਤੇ ਹਾਈ ਵੋਲਟੇਜ ਤਾਰਾਂ ਲੰਘਦੀਆਂ ਸੀਗੀਆਂ ਜੀ। ਉਹ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਹਾਈ ਵੋਲਟੇਜ ਤਾਰਾਂ ਵੱਲ ਨੂੰ ਉੱਲਰ ਗਿਆ, ਜਿਹਦੇ ਨਾਲ ਉਹ ਪਾਈਪ 'ਚ ਕਰੰਟ ਆ ਗਿਆ। ਜਿੰਨੇ ਬੰਦਿਆਂ ਨੇ ਫੜਿਆ ਸੀ ਉਹਨਾਂ ਨੂੰ ਕਰੰਟ ਲੱਗਣ ਕਰਕੇ ਦੋ ਬੰਦਿਆਂ ਦੀ ਮੌਕੇ 'ਤੇ ਮੌਤ ਹੋ ਗਈ ਆ। ਬੂਟਾ ਸਿੰਘ ਸੀ ਜਿਹਦੀ ਉਮਰ ਕਰੀਬ 60-62 ਸਾਲ ਸੀ, ਦੂਜਾ ਸੀਗਾ ਜੀ ਮੁੰਡਾ ਮਹਿੰਦਰ ਕੁਮਾਰ 40-42 ਸਾਲ ਦਾ ਸੀਗਾ ਜੀ। ਦੋ ਬੰਦੇ ਆ ਇਹਦੇ 'ਚ ਇੰਜਰਡ ਹੋਏ ਆ ਜੀ, ਦੋਵਾਂ ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ ਆ, ਦੋ ਬੰਦੇ ਇੰਜਰਡ ਆ। ਉਹਨਾਂ ਦੇ ਘਰਦਿਆਂ ਨਾਲ ਤਾਲਮੇਲ ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਏਗੀ। ਅਤੇ ਸਰ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਨਾਮ ਵਗੈਰਾ ਕੀ ਆ? ਇੰਜਰਡ ਜਿਹੜਾ ਇੱਕ ਹੈਗਾ ਜੀ ਮੁੰਡਾ ਕਰਨਦੀਪ ਸਿੰਘ, ਉਹਦੀ ਉਮਰ ਕਰੀਬ 21 ਸਾਲ ਆ। ਦੂਜਾ ਹੈਗਾ ਗੁਰਸਿਦਕ ਸਿੰਘ, ਉਹਦੀ ਉਮਰ 19 ਸਾਲ ਆ। ਉਹ ਇਹਨਾਂ ਕੋਲ ਆਪਣੇ ਰਿਸ਼ਤੇਦਾਰਾਂ ਕੋਲ ਆਏ ਸੀ, ਉਹ ਜਲੰਧਰ ਦੇ ਰਹਿਣ ਵਾਲੇ ਦੋਵੇਂ। ਅਤੇ ਸਰ ਕੋਈ ਉਹਨਾਂ ਨੇ ਕੰਪਲੇਂਟ ਵਗੈਰਾ ਕੀਤੀ ਹੋਵੇ ਜਾਂ ਕੋਈ ਕੰਪਲੇਂਟ ਕੀਤੀ? ਉਹਨਾਂ ਦੇ ਵਾਲਸਾਂ ਨਾਲ ਕਨੈਕਟ ਕਰ ਰਹੇ ਹਾਂ ਜੀ, ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਅਤੇ ਡੈੱਡ ਬੋਡੀਆਂ ਪਰਿਵਾਰ ਦੇ ਹਵਾਲੇ ਕਰਤੀਆਂ? ਡੈੱਡ ਬੋਡੀਆਂ ਆਲਰੇਡੀ ਉਹ ਪਰਿਵਾਰ ਜਿਹੜੇ ਸੀ ਉੱਥੋਂ ਹੋਸਪਿਟਲੋਂ ਲੈ ਗਏ ਸੀ। ਠੀਕ।